ਵੈਰੀਆਂ ਉੱਤੇ ਜਿਸ ਤਰੀਕੇ ਟੁੱਟ ਕੇ ਸਿੰਘ ਪਏ, ਕਮਾਲ ਵੇਖੋ ਇਤਿਹਾਸਕਾਰ ਲਿਖਦੇ ਨੇ, ਵਧੀਕੀ ਇੱਕ ਵੀ ਵਾਰ ਨਹੀਂ ਕੀਤੀ ਗਈ। ਜੇ ਦੁਸ਼ਮਣ ਬਿਨਾਂ ਕਿਸੇ ਹਥਿਆਰ ਦੇ ਦਿਸਦਾ ਸੀ ਤਾਂ ਵਾਰ ਨਹੀਂ ਸੀ ਕੀਤਾ ਜਾਂਦਾ, ਉਹਦੇ ਹੱਥ ਵਿੱਚ ਵਾਪਸ ਤਲਵਾਰ ਫੜਾਈ ਜਾਂਦੀ ਸੀ ਅਤੇ ਫਿਰ ਵਾਰ ਕੀਤਾ ਜਾਂਦਾ ਸੀ। ਸੁਣਿਆ ਜਾਂ ਦੇਖਿਆ ਵੀ ਨਹੀਂ ਹੋਣਾ ਅਜਿਹੀ ਗੱਲ ਬਾਰੇ, ਕਿਉਂਕਿ ਰੱਖਿਆ ਗੁਰੂ ਸਾਹਿਬ ਦਾ ਹੁਕਮ ਸੀ, ਸਿਰਫ ਆਪਣੇ ਸਵੈ ਰੱਖਿਆ ਲਈ ਹੀ ਚੁੱਕਣੀ ਹੈ ਤਲਵਾਰ, ਬੇਲੋੜੀ ਤਲਵਾਰ ਚੁੱਕਣੀ ਨਹੀਂ। ਇਹ ਫਕੀਰਾਨਾ ਜ਼ਿੰਦਗੀ ਜਿਉਣ ਵਾਲਿਆਂ ਦੀ ਜੰਗ ਸੀ ਅਤੇ ਪਤਾ ਜੇ ਕਿੰਨੀ ਦੇਰ ਚੱਲੀ, ਇੱਕ ਮਹੀਨਾ, ਜਿੱਥੇ ਸੋਚ ਕੇ ਰਾਜੇ ਤੁਰੇ ਸਨ ਅਤੇ ਜਿੱਥੇ ਔਰੰਗਜ਼ੇਬ ਨੇ ਇਹ ਸੋਚ ਲਿਆ ਸੀ ਕਿ ਇਹ ਪਲਾਂ ਛਿਨਾਂ ਦੀ ਜੰਗ ਏ, ਅਸਾਂ ਵੀ ਜੰਗ ਏ, ਮਿੰਟਾਂ ਸਕਿੰਟਾਂ ਵਿੱਚ ਫਤਿਹ ਕਰ ਲੈਣੀ, ਉੱਥੇ ਇਹ ਗਿਣੇ ਚੁਣੇ ਲੱਖਾਂ ਦੀ ਗਿਣਤੀ ਦੇ ਵਿੱਚ ਜਦੋਂ ਫੌਜ ਦੇ ਸਾਹਮਣੇ ਇੱਕ ਮਹੀਨਾ ਭਰ ਜੰਗ, ਉਹ ਵੀ ਮੂੰਹ ਤੋੜ ਜਵਾਬ ਜਦੋਂ ਦਿੱਤਾ ਹੋਵੇ ਤਾਂ ਯਕੀਨਨ ਰਾਜਿਆਂ ਨੇ ਵੀ ਹਿੱਲਣਾ ਸੀ। ਫਿਰ ਉਹ ਫੌਜ ਜਿਹੜੀ ਸਰਕਾਰੀ ਤਨਖਾਹ 'ਤੇ ਸੀ ਉਹਦਾ ਵੀ ਮਨੋਬਲ ਡਿੱਗਣਾ ਸੀ, ਅਤੇ ਸੋਚ ਕੇ ਵੇਖੀਏ ਉਹ ਧਾੜਵੀ ਜਿਹੜੇ ਸਿਰਫ ਲੁੱਟਣ ਆਏ ਸਨ ਕਿੰਨੀ ਕੁ ਦੇਰ ਇਸ ਤਰ੍ਹਾਂ ਬੈਠੇ ਰਹਿੰਦੇ। ਸੋ ਉਸ ਸਮੇਂ ਸਾਰੀ ਫੌਜ ਵਿੱਚ ਵੀ ਧਾੜਵੀਆਂ ਵਿੱਚ ਵੀ ਇਹ ਰੌਲਾ ਪੈ ਗਿਆ ਕਿ ਭਾਈ ਇਹ ਤਾਂ ਲੱਗਦਾ ਹੀ ਨਹੀਂ ਅਸੀਂ ਜਿੱਤ ਸਕਾਂਗੇ, ਇਹ ਸਾਹਮਣਾ ਤਾਂ ਕਿਸੇ ਅਜੀਬ ਹੀ ਤਰ੍ਹਾਂ ਦੇ ਲੋਕਾਂ ਨਾਲ ਹੋਇਆ ਜਿਹੜੇ ਹਾਰ ਮੰਨਦੇ ਹੀ ਨਹੀਂ, ਜਿਨ੍ਹਾਂ ਦਾ ਇੱਕ ਹੱਥ ਵੀ ਵੱਢਿਆ ਗਿਆ, ਇੱਕ ਬਾਂਹ ਵੀ ਵੱਢੀ ਗਈ, ਫਿਰ ਵੀ ਦਸ ਦਸ ਨੂੰ ਵੱਢ ਕੇ ਮਰਦੇ ਨੇ ਇਹਨਾਂ ਦੇ ਸਾਹਮਣੇ, ਅਸੀਂ ਤਾਂ ਨਹੀਂ ਟਿਕ ਸਕਣ ਲੱਗੇ। ਮਨੋਬਲ ਡਿੱਗਣਾ ਸ਼ੁਰੂ ਹੋ ਗਿਆ ਅਤੇ ਫਿਰ ਸੂਬੇਦਾਰਾਂ ਨੂੰ ਵੀ ਦਿਸ ਰਿਹਾ ਸੀ ਇਹ ਮੁਕਾਬਲਾ ਹੁਣ ਸੰਭਵ ਨਹੀਂ, ਅਸੀਂ ਇਹਨਾਂ ਨੂੰ ਜਿੱਤ ਨਹੀਂ ਸਕਣ ਲੱਗੇ, ਕਿਉਂਕਿ ਇਹ ਸ਼ੇਰ ਜਾਪਦੇ ਨੇ, ਸਹੀ ਮਹਿਣਿਆਂ ਵਿੱਚ ਸ਼ੇਰ, ਨਾਮੁਮਕਿਨ ਹੈ ਸਿੱਧੇ ਤਰੀਕੇ ਅਸੀਂ ਜੰਗ ਜਿੱਤ ਸਕੀਏ। ਤਾਂ ਫਿਰ ਘੇਰਾਬੰਦੀ ਜਾਰੀ ਰੱਖੀ ਗਈ, ਇਹ ਸੋਚ ਕੇ ਕਿ ਅੰਦਰ ਕੋਈ ਸਹਾਇਤਾ ਲਈ ਪਹੁੰਚ ਨਹੀਂ ਸਕੇਗਾ, ਨਾ ਇਹਨਾਂ ਨੂੰ ਖੁਰਾਕ, ਨਾ ਰਸਦ, ਨਾ ਕੋਈ ਹਥਿਆਰ, ਤਾਂ ਫਿਰ ਸੌਖਿਆਂ ਢਾ ਲਵਾਂਗੇ। ਇਸ ਸੋਚ ਦੇ ਨਾਲ ਮਹੀਨਾ ਭਰ ਸਾਰਾ ਚੁਫੇਰਾ ਬੰਦ ਕਰ ਲਿਆ ਗਿਆ। ਪਰ ਕਮਾਲ ਵੇਖੋ, ਸੋਚ ਕੇ ਅਸੀਂ ਆਪਣੀ ਜ਼ਰਾ ਖਿਆਲ ਕਰੀਏ ਕਿ ਉਸ ਸਮੇਂ ਜਿੱਥੇ ਸੀਮਤ ਸਾਧਨ ਲੈ ਕੇ ਤੁਰੇ ਸਨ ਪਿੰਡਾਂ ਦੇ ਵਿੱਚੋਂ ਗਰੀਬ ਲੋਕ, ਰਸਦ ਕੋਈ ਬਹੁਤੀ ਨਹੀਂ ਸੀ, ਲੜਾਈ ਦਾ ਸਮਾਨ ਵੀ ਬਹੁਤਾ ਨਹੀਂ ਸੀ, ਖਾਣ ਵਾਸਤੇ ਜਿੰਨਾ ਕੁ ਨਾਲ ਥੋੜ੍ਹਾ ਬਹੁਤ ਲਿਆ ਸਕੇ ਸਨ, ਜੋ ਕੁਛ ਘਰ ਸੀ ਸਾਰਾ ਕੁਛ ਚੁੱਕ ਲਿਆਏ ਸਨ, ਅਤੇ ਫਿਰ ਘੋੜੇ ਵੀ ਸੀਮਤ ਸਨ, ਫਿਰ ਘੋੜਿਆਂ ਲਈ ਵੀ ਘਾਹ ਅਤੇ ਅੰਨ ਚਾਹੀਦਾ ਸੀ। ਅਤੇ ਇਸ ਔਖੇ ਸਮੇਂ ਕਮਾਲ ਵੇਖੋ, ਇੱਕ ਨਹੀਂ ਦੋ ਨਹੀਂ, ਵੀਹ ਇਤਿਹਾਸਕਾਰਾਂ ਨੇ ਲਿਖਿਆ, ਇੱਕ ਵੀ ਸਿੰਘ ਨੇ ਹਿੰਮਤ ਨਹੀਂ ਹਾਰੀ। ਫਿਰ ਸਿਰਫ ਸਿੰਘਾਂ ਨੇ ਨਹੀਂ, ਕਮਾਲ ਵੇਖੋ ਕਿਸ ਤਰੀਕੇ ਜਾਨਵਰ ਨੂੰ ਵੀ ਉਹ ਲੋਕ ਪ੍ਰਣਾਏ ਹੋਏ ਸਨ ਕਿ ਕਿਸੇ ਘੋੜੇ ਨੇ ਵੀ ਇਹ ਨਹੀਂ ਕਿਹਾ, ਨਾ ਉਹ ਚੀਕ ਕੇ ਬਾਹਰ ਨਿਕਲਿਆ, ਨਾ ਘੋੜਾ ਮੋਇਆ ਕਿ ਮੇਰੇ ਕੋਲ ਖੁਰਾਕ ਨਹੀਂ। ਇਸ ਤਰੀਕੇ ਦੀ ਚੜ੍ਹਦੀ ਕਲਾ ਦਾ ਅਹਿਸਾਸ ਸੀ ਉਹਦੇ ਅੰਦਰ, ਸਾਰੇ ਕਿਲੇ ਦੇ ਅੰਦਰ, ਕਿ ਨਿੱਕੇ ਨਿੱਕੇ ਬਾਲ ਵੀ ਜਿਹੜੇ ਉਦੋਂ ਨਾਲ ਸਨ ਉਹਨਾਂ ਨੇ ਵੀ ਆਪਣੀ ਹਿੰਮਤ ਨਹੀਂ ਛੱਡੀ, ਅਤੇ ਕਿਸੇ ਨੇ ਇਸ ਚੜ੍ਹਦੀ ਕਲਾ ਤੋਂ ਇੱਕ ਪਲ ਛਿਨ ਵੀ ਪਰਾਂ ਧਿਆਨ ਨਹੀਂ ਕੀਤਾ। ਯਾਨੀ ਜੇ ਉਹ ਜੀ ਰਹੇ ਸਨ ਹਵਾ ਜਾਂ ਪਾਣੀ ਉੱਤੇ, ਤਾਂ ਨਾਲ ਚੜ੍ਹਦੀ ਕਲਾ ਸੀ ਜਿਹੜੀ ਉਹਨਾਂ ਦੇ ਹੌਸਲੇ ਬੁਲੰਦ ਰੱਖ ਰਹੀ ਸੀ।